ਕਾਂਡ ਦੱਸ ਪੁੱਤਰ। ਡਰਦੇ ਮਾਰਿਆਂ ਅਤੇ ਰੋਂਦਿਆਂ ਲੜਕਾ ਮਾਤਾ ਦੇ ਸੰਸਕਾਰ ਵਿੱਚ ਸ਼ਾਮਿਲ ਰਿਹਾ। ਉਹ ਸਹਿਮਿਆ ਅਤੇ ਉਦਾਸ ਚਿੱਤ ਸੀ। ਉਸਦਾ ਸਿਧਾਰਥ ਨੇ ਆਪਣੇ ਪੁੱਤਰ ਵਾਂਗ ਸਵਾਗਤ ਕੀਤਾ ਅਤੇ ਵਾਸਦੇਵ ਦੀ ਕੁੱਲੀ ਵਿੱਚ ਜੀ ਆਇਆਂ ਕਿਹਾ। ਪਰ ਬੜੇ ਦਿਨ ਲਗਾਤਾਰ ਉਹ ਮੁਰਦਿਆਂ ਦੀ ਪਹਾੜੀ 'ਤੇ ਬੱਗੇ ਚਿਹਰੇ ਨਾਲ ਬੈਠਾ ਰਹਿੰਦਾ, ਇੱਧਰ ਉੱਧਰ ਝਾਕਦਾ, ਦਿਲ ਦੀਆਂ ਅਮੰਗਾਂ ਨੂੰ ਜੰਦਰਾ ਮਾਰ ਆਪਣੀ ਕਿਸਮਤ ਨਾਲ ਲੜਦਾ ਘੁਲਦਾ ਰਹਿੰਦਾ। ਸਿਧਾਰਥ ਉਸਦੇ ਦੁੱਖ ਦੀ ਕਦਰ ਕਰਦਾ ਸੀ, ਜੋ ਉਸਨੇ ਉਸ ਨਾਲ ਵਿਸ਼ੇਸ਼ ਵਰਤਾਓ ਕੀਤਾ, ਉਸ ਨੂੰ ਆਪਣੇ ਆਪ 'ਤੇ ਰਹਿਣ ਦਿੱਤਾ। ਸਿਧਾਰਥ ਸਮਝਦਾ ਸੀ ਜੋ ਉਸਦਾ ਪੁੱਤਰ ਇਹ ਨਹੀਂ ਸੀ ਜਾਣਦਾ ਕਿ ਉਹ ਉਸ ਨੂੰ ਪਿਤਾ ਪਿਆਰ ਨਹੀਂ ਸੀ ਦੇ ਸਕਦਾ। ਹੌਲੀ ਹੌਲੀ ਉਸਨੇ ਵੀ ਦੇਖ ਲਿਆ ਅਤੇ ਸਮਝ ਲਿਆ, ਜੋ 11 ਵਰਿਆਂ ਦਾ ਬੱਚਾ ਮਾਂ ਦਾ ਵਿਗੜਿਆ ਲੜਕਾ ਸੀ ਅਤੇ ਅਮੀਰੀ ਵਿੱਚ ਪਲਿਆ, ਚੰਗੇ ਖਾਣੇ ਖਾਣ, ਗਦੈਲਿਆਂ 'ਤੇ ਸੌਣ ਅਤੇ ਨੌਕਰਾਂ 'ਤੇ ਹੁਕਮ ਕਰਨ ਦਾ ਆਦੀ ਸੀ। ਸਿਧਾਰਥ ਸਮਝਦਾ ਸੀ ਜੋ ਸੋਗ ਵਿੱਚ ਪਏ ਵਿਗੜੇ ਮੁੰਡੇ ਦੀ ਇੱਕ ਓਪਰੀ ਅਤੇ ਗਰੀਬ ਥਾਂ 'ਤੇ ਝਟਪਟ ਤਸੱਲੀ ਨਹੀਂ ਸੀ ਹੋ ਸਕਦੀ। ਉਸ ਜ਼ੋਰ ਨਾ ਦਿੱਤਾ, ਉਹ ਲੜਕੇ ਲਈ ਬੜਾ ਕੁਝ ਕਰਦਾ, ਸਦਾ ਉਸ ਲਈ ਚੰਗੀ ਖੁਰਾਕ ਬਚਾ ਕੇ ਰੱਖ ਲੈਂਦਾ। ਉਸ ਨੂੰ ਆਸ ਸੀ ਕਿ ਹੌਲੀ ਹੌਲੀ ਉਹ ਮਿੱਤਰਤਾ ਭਾਵ ਵਾਲੇ ਸਗਾ। ਜਦ ਲੜਕਾ ਉਸ ਪਾਸ ਆਇਆ ਸੀ ਤਾਂ ਉਸਨੇ ਆਪਣੇ ਆਪ ਨੂੰ ਅਮੀਰ ਅਤੇ ਖੁਸ਼ ਗਿਣਿਆ ਸੀ। ਵਕਤ ਲੰਘਦਾ ਗਿਆ ਪਰ ਲੜਕਾ ਪਿਆਰ ਵਿੱਚ ਨਾ ਭਿੱਜਿਆ, ਇਕੱਲਾ ਉਦਾਸ ਹੀ ਰਿਹਾ। ਜਦੋਂ ਘਮੰਡੀ ਸਾਬਤ ਹੋਇਆ ਅਤੇ ਹਰ ਗੱਲ 'ਤੇ ਗੁਸਤਾਖੀ ਨਾਲ ਅੱਗੋਂ ਸਾਹਮਣੇ ਬੋਲ ਪੈਂਦਾ, ਜਦੋਂ ਕੋਈ ਕੰਮ ਨਹੀਂ ਸੀ ਕਰਦਾ, ਜਦ ਬਜ਼ੁਰਗਾਂ ਦਾ ਕੋਈ ਆਦਰ ਨਹੀਂ ਸੀ ਕਰਦਾ, ਵਾਸਦੇਵ ਦੇ ਫਲਾਂ ਦੇ ਰੁੱਖਾਂ ਤੋਂ ਚੋਰੀ ਕਰਦਾ, ਤਾਂ ਸਿਧਾਰਥ ਨੂੰ ਸੋਝੀ ਆਉਣੀ ਸ਼ੁਰੂ ਹੋਈ ਕਿ ਪੁੱਤਰ ਨਾਲ ਉਸ ਪਾਸ ਕੋਈ ਖੁਸ਼ੀ ਅਤੇ ਸ਼ਾਂਤੀ ਨਹੀਂ ਆਈ, ਸਗੋਂ ਕੇਵਲ ਅਫਸੋਸ ਅਤੇ ਔਖ। ਪਰ ਉਹ ਉਸ ਨੂੰ ਪਿਆਰ ਕਰਦਾ ਸੀ ਅਤੇ ਪਿਆਰ ਦੇ ਅਫਸੋਸ ਅਤੇ ਔਖ ਨੂੰ ਲੜਕੇ ਬਿਨਾਂ ਆਈ ਖੁਸ਼ੀ ਅਤੇ ਪ੍ਰਸੰਨਤਾ ਦੇ ਚੰਗਾ ਸਮਝਦਾ ਸੀ। ਕਿਉਂਕਿ ਛੋਟਾ ਸਿਧਾਰਥ ਝੌਂਪੜੀ ਵਿੱਚ ਹੀ ਰਹਿੰਦਾ ਸੀ, ਬੁੱਢਿਆਂ ਨੇ ਕੰਮ ਵੰਡ ਲਿਆ, ਵਾਸਦੇਵ ਨੇ ਘਾਟ ਦਾ ਸਾਰਾ ਕੰਮ ਸੰਭਾਲਿਆ ਅਤੇ ਸਿਧਾਰਥ ਨੇ ਆਪਣੇ ਪੁੱਤਰ ਕੋਲ ਰਹਿਣ ਲਈ ਝੌਂਪੜੀ ਅਤੇ ਖੇਤਾਂ ਦਾ ਕੰਮ। ਕਈ ਮਹੀਨੇ ਸਿਧਾਰਥ ਨੇ ਸਬਰ ਨਾਲ ਇਸ ਆਸ 'ਤੇ ਉਡੀਕ ਕੀਤੀ ਕਿ ਉਸਦਾ ਪੁੱਤਰ ਉਸਨੂੰ ਸਮਝ ਸਕੇਗਾ, ਉਸਦਾ ਪਿਆਰ ਸਵੀਕਾਰ ਕਰੇਗਾ ਅਤੇ ਸ਼ਾਇਦ ਪਰਤ ਕੇ ਮੋੜਵਾਂ ਪਿਆਰ ਦੇਵੇਗਾ। ਕਈ ਮਹੀਨੇ ਵਾਸਦੇਵ ਸਭ ਕੁਝ ਵੇਖਦਾ ਰਿਹਾ, ਉਡੀਕਦਾ ਰਿਹਾ ਅਤੇ ਚੁੱਪ ਰਿਹਾ। ਪਰ ਇੱਕ ਦਿਨ ਜਦ ਛੋਟਾ ਸਿਧਾਰਥ ਆਪਣੇ ਪਿਤਾ ਨੂੰ ਦੋ ਟੱਕ ਕੋਰਾ ਉੱਤਰ ਦੇ ਗੁੱਸੇ ਵਿੱਚ ਆ ਔਖਿਆਂ ਕਰ ਰਿਹਾ ਸੀ ਅਤੇ ਚਾਵਲਾਂ ਦੇ ਦੋਨੇ ਪਿਆਲੇ ਤੋੜ ਚੁੱਕਾ ਸੀ, ਤਦ ਵਾਸਦੇਵ ਸੰਧਿਆ ਵੇਲੇ ਆਪਣੇ ਮਿੱਤਰ ਨੂੰ ਪਾਸੇ ਲੈ ਗਿਆ ਅਤੇ ਉਸ ਨਾਲ ਗੱਲਬਾਤ ਕੀਤੀ। ਖਿਮਾ ਕਰਨਾ, ਉਸਨੇ ਕਿਹਾ, ਮੈਂ ਤੈਨੂੰ ਮਿੱਤਰ ਦੇ ਤੌਰ 'ਤੇ ਕਹਿ ਰਿਹਾ ਹਾਂ, ਮੈਂ ਦੇਖ ਸਕਦਾ ਹਾਂ ਕਿ ਤੂੰ ਚਿੰਤਾ ਤੁਰ 'ਤੇ ਨਾ ਖੁਸ਼ ਹੈ। ਤੇਰਾ ਪੁੱਤਰ, ਮੇਰੇ ਦੋਸਤ, ਤੈਨੂੰ ਤੰਗ ਕਰ ਰਿਹਾ ਹੈ ਅਤੇ ਮੈਨੂੰ ਵੀ। ਇਹ ਛੋਟਾ ਪੰਛੀ ਕਿਸੇ ਵੱਖਰੀ ਜ਼ਿੰਦਗੀ ਅਤੇ ਕਿਸੇ ਹੋਰ ਤਰ੍ਹਾਂ ਦੇ ਆਲਣੇ ਵਿੱਚ ਰਹਿਣ ਦਾ ਹਿਲਿਆ ਹੋਇਆ ਹੈ। ਉਹ ਧਨ ਦੌਲਤ ਅਤੇ ਸ਼ਹਿਰ ਤੋਂ ਤੇਰੇ ਵਾਂਗ ਤੰਗ ਆ ਕੇ ਅਤੇ ਨਿਰਾਸ਼ਾ ਹੋ ਨਹੀਂ ਸੀ ਦੌੜਿਆ। ਇਹ ਸਭ ਕੁਝ ਉਸ ਨੂੰ ਮਨਮੁਰਜ਼ੀ ਵਿਰੁੱਧ ਛੱਡਦਾ ਪਿਆ ਸੀ। ਮੈਂ ਦਰਿਆ ਨੂੰ ਪੁੱਛਿਆ ਹੈ, ਮੇਰੇ ਮਿੱਤਰ, ਅਤੇ ਕਈ ਵੇਰ ਪੁੱਛਿਆ ਹੈ। ਦਰਿਆ ਹੱਸਿਆ ਸੀ, ਹੱਸਿਆ ਸੀ ਮੇਰੇ 'ਤੇ, ਹੱਸਿਆ ਸੀ ਤੇਰੇ 'ਤੇ। ਇਹ ਸਾਡੀਆਂ ਬੇਵਕੂਫੀਆਂ 'ਤੇ ਹੱਸਦਾ ਲੋਟ ਪੋਟ ਹੋਇਆ ਸੀ। ਪਾਣੀ ਪਾਣੀ ਵੱਲ ਜਾਏਗਾ ਅਤੇ ਜਵਾਨੀ ਜਵਾਨੀ ਵੱਲ। ਤੇਰਾ ਪੁੱਤਰ ਇਸ ਥਾਂ 'ਤੇ ਖੁਸ਼ ਨਹੀਂ ਹੋਏਗਾ, ਤੂੰ ਦਰਿਆ ਨੂੰ ਪੁੱਛ, ਵੇਖ ਅਤੇ ਸੁਣ ਇਹ ਕੀ ਕਹਿੰਦਾ ਹੈ। ਔਖੇ ਹੋਏ ਸਿਧਾਰਥ ਨੇ ਮਿਹਰਬਾਨ ਚਿਹਰੇ ਵੱਲ ਵੇਖਿਆ, ਜਿਸ ਦੀਆਂ ਝੁਰੜੀਆਂ 'ਤੇ ਵੀ ਕਿਰਪਾਲੂ ਸੁਭਾਅ ਉਲੀਕਿਆ ਹੋਇਆ ਸੀ। ਮੈਂ ਉਸ ਤੋਂ ਕਿਸ ਤਰ੍ਹਾਂ ਅੱਡ ਹੋ ਸਕਦਾ ਹਾਂ, ਉਸ ਦੀ ਮੇਝੇ ਕਿਹਾ। ਮੈਨੂੰ ਅਜੇ ਸਮਾਂ ਦੇਵੋ ਮੇਰੇ ਮਿੱਤਰ, ਮੈਂ ਉਸ ਲਈ ਲੜ ਰਿਹਾ ਹਾਂ, ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਉਸਦੇ ਦਿਲ ਤੱਕ ਪੁੱਜ ਜਾਵਾਂ। ਮੈਂ ਉਸਨੂੰ ਪਿਆਰ ਅਤੇ ਸਬਰ ਨਾਲ ਜਿੱਤ ਲਵਾਂਗਾ, ਕਿਸੇ ਦਿਨ ਦਰਿਆ ਉਸ ਨਾਲ ਵੀ ਗੱਲਾਂ ਕਰੇਗਾ
ਉਸ ਨੂੰ ਵੀ ਸੱਦਿਆ ਗਿਆ ਹੈ। ਵਾਸਦੇਵ ਦੀ ਮੁਸਕਰਾਹਟ ਵਿੱਚ ਥੋੜ੍ਹਾ ਜਿਹਾ ਨਿੱਘਾ ਗਿਆ। ਹਾਂ ਠੀਕ ਹੈ, ਉਸਨੇ ਕਿਹਾ, ਉਹ ਵੀ ਸੱਦਿਆ ਗਿਆ ਹੈ, ਉਹ ਵੀ ਅਮਰ ਜੀਵਨ ਦਾ ਅੰਗ ਹੈ। ਪਰ ਕੀ ਤੈਨੂੰ ਅਤੇ ਮੈਨੂੰ ਪਤਾ ਹੈ ਜੋ ਉਸ ਨੂੰ ਕਿੱਧਰ ਦਾ ਸੱਦਾ ਪਿਆ ਹੈ, ਕਿਹੜੇ ਰਾਹਾਂ, ਕਿਹੜੇ ਕਰਤਵਾਂ ਅਤੇ ਕਿਹੜੇ ਗਵਾਂ ਦਾ? ਉਸ ਦੇ ਦੁੱਖ ਥੋੜ੍ਹੇ ਨਹੀਂ ਹੋਣਗੇ। ਉਸ ਦਾ ਦਿਲ ਹੰਕਾਰੀ ਅਤੇ ਕਠੋਰ ਹੈ। ਸ਼ਾਇਦ ਉਹ ਬਹੁਤ ਕਸ਼ਟ ਸਹੇਗਾ, ਬਹੁਤ ਭੁੱਲਾਂ ਕਰੇਗਾ, ਬਹੁਤ ਅਨਿਆਏ ਕਰੇਗਾ ਅਤੇ ਬਹੁਤ ਪਾਪ ਕਮਾਏਗਾ। ਮੇਰੇ ਮਿੱਤਰ, ਮੈਨੂੰ ਦੱਸ ਕਿ ਕੀ ਤੂੰ ਆਪਣੇ ਪੁੱਤਰ ਨੂੰ ਕੋਈ ਵਿੱਦਿਆ ਦੇ ਰਿਹਾ ਹੈ? ਕੀ ਉਹ ਤੇਰਾ ਆਗਿਆਕਾਰੀ ਹੈ? ਕੀ ਤੂੰ ਉਸ ਨੂੰ ਮਾਰਦਾ ਹੈ ਜਾਂ ਦੰਡ ਦਿੰਦਾ ਹੈ? ਨਹੀਂ ਵਾਸਦੇਵ, ਮੈਂ ਇਹਨਾਂ ਵਿੱਚੋਂ ਕੁਝ ਵੀ ਨਹੀਂ ਕਰਦਾ। ਮੈਨੂੰ ਪਤਾ ਸੀ ਤੂੰ ਉਸ ਨਾਲ ਕਠੋਰ ਨਹੀਂ, ਤੂੰ ਉਸ ਸਜ਼ਾ ਨਹੀਂ ਦਿੰਦਾ, ਤੂੰ ਉਸ ਨੂੰ ਹੁਕਮ ਨਹੀਂ ਦਿੰਦਾ, ਕਿਉਂਕਿ ਤੂੰ ਜਾਣਦਾ ਹੈ ਕਿ ਹਲੀਮੀ ਸਖਤੀ ਨਾਲੋਂ ਤਕੜੀ ਹੈ, ਪਾਣੀ ਪੱਥਰ ਨਾਲੋਂ ਤਾਕਤਵਰ ਹੈ, ਪਿਆਰ ਤਾਕਤ ਨਾਲੋਂ ਵੱਧ ਜ਼ੋਰਾਵਰ ਹੈ। ਬਹੁਤ ਚੰਗਾ, ਮੈਂ ਤੇਰੀ ਸਲੋਤਾ ਕਰਦਾ ਹਾਂ। ਪਰ ਕੀ ਸ਼ਾਇਦ ਤੇਰੀ ਇਹ ਗਲਤੀ ਨਹੀਂ ਕਿ ਤੂੰ ਉਸ ਨਾਲ ਤਕੜੀ ਤਰ੍ਹਾਂ ਨਹੀਂ ਵਰਤਦਾ, ਉਸ ਨੂੰ ਦੰਡ ਨਹੀਂ ਦਿੰਦਾ? ਕੀ ਤੂੰ ਉਸ ਨੂੰ ਆਪਣੇ ਪਿਆਰ ਦੀਆਂ ਜੰਜ਼ੀਰਾਂ ਵਿੱਚ ਨਹੀਂ ਬੰਨਦਾ? ਕੀ ਤੂੰ ਨਿੱਤ ਉਸ ਨੂੰ ਆਪਣੀ ਚੰਗਿਆਈ ਅਤੇ ਸਬਰ ਨਾਲ ਸ਼ਰਮਿੰਦਾ ਨਹੀਂ ਕਰਦਾ ਅਤੇ ਉਸ ਲਈ ਹੋਰ ਸਭ ਕੁਝ ਔਖਿਆ ਨਹੀਂ ਕਰ ਦਿੰਦਾ? ਕੀ ਤੂੰ ਇਸ ਅਭਿਮਾਨੀ ਵਿਗੜੇ ਮੁੰਡੇ ਨੂੰ ਜੋਰੀ ਝੁੱਗੀ ਵਿੱਚ ਦੋ ਕਿੱਲੇ ਖਾਣ ਵਾਲਿਆਂ ਬੁੱਢਿਆਂ ਨਾਲ ਰਹਿਣ 'ਤੇ ਮਜ਼ਬੂਰ ਨਹੀਂ ਕਰ ਰਿਹਾ, ਜਿਨ੍ਹਾਂ ਨੂੰ ਸ਼ਾਇਦ ਚਾਵਲ ਵੀ ਕਦੇ ਨਸੀਬ ਹੋਣ, ਜਿਨ੍ਹਾਂ ਦੇ ਖਿਆਲ ਉਸ ਜਿਹੇ ਨਹੀਂ ਹੋ ਸਕਦੇ, ਜਿਨ੍ਹਾਂ ਦੇ ਦਿਲ ਬੁੱਢੇ ਅਤੇ ਸ਼ਾਂਤ ਹਨ, ਉਸ ਨਾਲੋਂ ਵੱਖਰੀ ਧੜਕਣ ਰੱਖਦੇ ਹਨ? ਕੀ ਇਹ ਸਭ ਕੁਝ ਨਾਲ ਉਸ ਨੂੰ ਤੰਗ ਨਹੀਂ ਕੀਤਾ ਜਾਂਦਾ, ਦੰਡ ਨਹੀਂ ਦਿੱਤਾ ਜਾਂਦਾ? ਸਿਧਾਰਥ ਬੌਂਦ ਲਿਆ। ਉਸ ਨੇ ਧਰਤੀ 'ਤੇ ਨੀਚ ਗੱਡੀ ਹੋਈ ਸੀ। ਧੀਰੇ ਜਿਹੇ ਉਸ ਪੁੱਛਿਆ, ਤੋ ਸਾਡਾ ਕੀ ਖਿਆਲ ਹੈ, ਮੈਨੂੰ ਕੀ ਕਰਨਾ ਚਾਹੀਦਾ ਹੈ? ਵਾਸਦੇਵ ਨੇ ਕਿਹਾ, ਇਸ ਨੂੰ ਸ਼ਹਿਰ ਲੈ ਜਾਓ, ਇਸ ਨੂੰ ਇਸ ਦੀ ਮਾਤਾ ਦੇ ਘਰ ਪਹੁੰਚਾਓ, ਅਜੇ ਵੀ ਉੱਥੇ ਨੌਕਰ ਚਾਕਰ ਹੋਣਗੇ, ਉਹਨਾਂ ਕੋਲ ਇਸ ਨੂੰ ਲੈ ਜਾਓ। ਜੇ ਉੱਥੇ ਕੋਈ ਨਹੀਂ ਤਾਂ ਉਸ ਨੂੰ ਕਿਸੇ ਸਕੂਲ ਲੈ ਜਾਓ, ਕੇਵਲ ਪੜ੍ਹਾਈ ਹੀ ਨਹੀਂ, ਸਗੋਂ ਇਸ ਲਈ ਕਿ ਉਹ ਹੋਰ ਮੁੰਡਿਆਂ ਕੁੜੀਆਂ ਨਾਲ ਮਿਲ ਸਕੇ ਅਤੇ ਜਿਸ ਦੁਨੀਆ ਦਾ ਹੈ ਉੱਥੇ ਵਾਸਾ ਰੱਖੇ। ਤੁਸੀਂ ਇਸ ਬਾਰੇ ਕਦੇ ਨਹੀਂ ਸੋਚਿਆ? ਤੁਸੀਂ ਮੇਰੇ ਦਿਲ ਵਿੱਚ ਝਾਤ ਮਾਰ ਸਕਦੇ ਹੋ, ਸਿਧਾਰਥ ਨੇ ਅਫਸੋਸ ਭਰੇ ਲਹਿਜ਼ੇ ਵਿੱਚ ਕਿਹਾ। ਮੈਂ ਕਈ ਵਾਰ ਇਸ ਬਾਰੇ ਸੋਚਿਆ ਹੈ, ਪਰ ਉਹ ਜੋ ਇਤਨਾ ਪੱਥਰ ਦਿਲ ਹੈ ਕਿਸ ਤਰ੍ਹਾਂ ਸੰਸਾਰ ਵਿੱਚ ਚੱਲ ਸਕੇਗਾ? ਕੀ ਉਹ ਆਪਣੇ ਆਪ ਨੂੰ ਸ੍ਰੇਸ਼ਟ ਨਹੀਂ ਸਮਝੇਗਾ? ਐਸ਼ ਅਤੇ ਤਾਕਤ ਦੇ ਨਸ਼ੇ ਵਿੱਚ ਗੁਆਚ ਨਹੀਂ ਜਾਏਗਾ? ਕੀ ਉਹ ਆਪਣੇ ਪਿਤਾ ਵਾਲੀਆਂ ਭੁੱਲਾਂ ਨਹੀਂ ਦੁਹਰਾਏਗਾ? ਪਤਨੀ ਫਿਰ ਮੁਸਕਰਾਇਆ, ਉਸ ਭੋਲੇ ਜਿਹੇ ਸਿਧਾਰਥ ਦੀ ਬਾਂਹ ਨੂੰ ਛੋਇਆ ਅਤੇ ਕਿਹਾ, ਮੇਰੇ ਦੋਸਤ, ਖੁਸ਼ੀ ਨਾਲ ਇਸ ਬਾਰੇ ਦਰਿਆ ਨੂੰ ਪੁੱਛੋ, ਉਸ ਨੂੰ ਧਿਆਨ ਨਾਲ ਸੁਣੋ, ਉਹ ਇਸ ਗੱਲ 'ਤੇ ਹੱਸਦਾ ਮਿਲੇਗਾ। ਕੀ ਸੱਚਮੁੱਚ ਤੂੰ ਖਿਆਲ ਕਰਦਾ ਹੈ ਕਿ ਤੂੰ ਬੱਚੇ ਨੂੰ ਇਹਨਾਂ ਗੱਲਾਂ ਤੋਂ ਬਚਾਉਣ ਲਈ ਇਹ ਸਾਰੀਆਂ ਭੁੱਲਾਂ ਕੀਤੀਆਂ ਹਨ? ਕੀ ਤੂੰ ਆਪਣੇ ਪੁੱਤਰ ਨੂੰ ਸੰਸਾਰ ਮਾਇਆ ਤੋਂ ਬਚਾ ਸਕਦਾ ਹੈ? ਕਿਸ ਤਰ੍ਹਾਂ? ਉਪਦੇਸ਼ਾਂ ਰਾਹੀਂ, ਪਾਠ ਪੂਜਾ ਰਾਹੀਂ, ਨੇਕ ਕੰਮਾਂ ਦੀ ਸਿੱਖਿਆ ਰਾਹੀਂ? ਮੇਰੇ ਪਿਆਰੇ ਮਿੱਤਰ, ਕੀ ਤੈਨੂੰ ਸਿਧਾਰਥ ਬ੍ਰਾਹਮਣ ਦੇ ਪੁੱਤਰ ਸੰਬੰਧਿਤ ਕਹਾਣੀ ਭੁੱਲ ਗਈ ਹੈ ਜੋ ਤੂੰ ਇੱਕ ਵਾਰ ਮੈਨੂੰ ਇੱਥੇ ਹੀ ਸੁਣਾਈ ਸੀ? ਸਮਾਨੇ ਸਿਧਾਰਥ ਨੂੰ ਪਾਪ, ਲਾਲਚ ਅਤੇ ਹੋਰ ਭੁੱਲਾਂ ਤੋਂ ਕਿਸ ਬਚਾਇਆ? ਕੀ ਉਸ ਦੇ ਪਿਤਾ ਦੀ ਪਵਿੱਤਰਤਾ, ਗੁਰੂਆਂ ਦੇ ਦੱਸੇ ਨੇਕ ਉਪਦੇਸ਼ਾਂ, ਉਸ ਦੇ ਆਪਣੇ ਗਿਆਨ, ਉਸ ਦੀ ਆਪ ਦੀ ਢੂੰਡ ਨੇ ਉਸ ਦੀ ਰੱਖਿਆ ਕੀਤੀ? ਕਿਹੜਾ ਪਿਤਾ, ਕਿਹੜਾ ਗੁਰੂ ਉਸ ਨੂੰ ਆਪਣੀ ਮਨਮਰਜ਼ੀ ਦਾ ਜੀਵਨ ਗੁਜ਼ਾਰਨ, ਜ਼ਿੰਦਗੀ ਵਿੱਚ ਪਲੀਤ ਹੋਣ, ਪਾਪਾਂ ਦੇ ਭਾਰ ਨਾਲ ਲੱਦੇ ਜਾਣ, ਕੌੜਾ ਘੁੱਟ ਭਰਨ 'ਤੇ ਆਪਣਾ ਰਾਹ ਲੱਭਣ ਤੋਂ ਰੋਕ ਸਕਿਆ? ਮੇਰੇ ਪਿਆਰੇ ਮਿੱਤਰ, ਕੀ ਤੇਰਾ ਖਿਆਲ ਹੈ ਕਿ ਕੋਈ ਵੀ ਇਸ ਮਾਰਗ ਤੋਂ ਬਚਿਆ ਹੈ?
ਸ਼ਾਇਦ ਤੇਰਾ ਛੋਟਾ ਜਿਹਾ ਪੁੱਤਰ ਬਚ ਜਾਏ, ਕਿਉਂਕਿ ਤੂੰ ਉਸ ਨੂੰ ਅਫਸੋਸ, ਪੀੜ ਤੇ ਭਰਮਾਂ ਤੋਂ ਬਚਿਆ ਦੇਖਣਾ ਚਾਹੁੰਦਾ ਹੈ। ਪਰ ਜੇ ਤੂੰ ਉਸ ਲਈ 10 ਵੇਰ ਵੀ ਮਰੇ ਤਾਂ ਵੀ ਤੂੰ ਤਿਲ ਭਰ ਉਸ ਦੇ ਮੱਥੇ ਦੇ ਲੇਖ ਨਹੀਂ ਬਦਲਾ ਸਕਦਾ। ਵਾਸਦੇਵ ਨੇ ਕਦੇ ਖੁੱਲ੍ਹ ਕੇ ਇਤਨੀਆਂ ਗੱਲਾਂ ਨਹੀਂ ਸੀ ਕੀਤੀਆਂ। ਸਿਧਾਰਥ ਨੇ ਮਿੱਤਰਤਾ ਭਾਵ ਨਾਲ ਉਸ ਦਾ ਧੰਨਵਾਦ ਕੀਤਾ। ਦੁਖੀ ਹੋ ਕੇ ਆਪਣੀ ਝੁੱਗੀ ਵੱਲ ਗਿਆ, ਪਰ ਸੌ ਨਾ ਸਕਿਆ। ਵਾਸਦੇਵ ਨੇ ਕੋਈ ਅਜਿਹੀ ਗੱਲ ਨਹੀਂ ਸੀ ਦੱਸੀ ਜਿਸ ਦਾ ਉਸਨੂੰ ਅੱਗੇ ਪਤਾ ਨਹੀਂ ਸੀ ਜਾਂ ਉਸਨੇ ਸੋਚਿਆ ਨਹੀਂ ਸੀ। ਪਰ ਉਸਦੇ ਗਿਆਨ ਨਾਲੋਂ ਬੱਚੇ ਦਾ ਮੂੰਹ, ਸਨੇਹ ਤੇ ਖੁੱਸਣ ਦਾ ਡਰ ਵਧੇਰੇ ਤਾਕਤਵਰ ਸੀ। ਕਿ ਉਸਨੇ ਕਦੇ ਵੀ ਕਿਸੇ ਨੂੰ ਇਸ ਤਰ੍ਹਾਂ ਪੂਰੇ ਤੌਰ 'ਤੇ ਦਿਲ ਦਿੱਤਾ ਸੀ? ਕੀ ਉਸਨੇ ਕਦੇ ਇਸ ਨੂੰ ਇਸ ਤਰ੍ਹਾਂ ਦੁੱਖ ਅਤੇ ਨਿਰਾਸ਼ਤਾ ਸਹਿ ਕੇ ਫਿਰ ਵੀ ਖੁਸ਼ੀ ਖੁਸ਼ੀ ਅੰਨਾ ਪਿਆਰ ਕੀਤਾ ਸੀ? ਸਿਧਾਰਥ ਆਪਣੇ ਮਿੱਤਰ ਦੀ ਸਲਾਹ ਨਾ ਮੰਨ ਸਕਿਆ। ਉਹ ਆਪਣੇ ਪੁੱਤਰ ਨੂੰ ਤਿਆਗ ਨਾ ਸਕਿਆ। ਉਸਨੇ ਬੱਚੇ ਨੂੰ ਆਪਣੀ ਨਿਰਾਦਰੀ ਕਰਨ ਅਤੇ ਹੁਕਮਰਾਨਾ ਪ੍ਰਿਆਵਤੀਆ ਵਰਤਨ ਦਿੱਤਾ। ਉਹ ਚੁੱਪ ਸੀ ਅਤੇ ਉਡੀਕਦਾ ਰਿਹਾ। ਉਹ ਹਰ ਇੱਕ ਦਿਨ ਮਿੱਤਰਤਾ ਭਾਵ ਅਤੇ ਧੀਰਜ ਦੀ ਚੁੱਪ ਚਾਪ ਲੜਾਈ ਨਾਲ ਆਰੰਭ ਕਰਦਾ। ਵਾਸਦੇਵ ਵੀ ਚੁੱਪ ਸੀ ਅਤੇ ਉਡੀਕਦਾ ਰਿਹਾ। ਮਿੱਤਰਤਾ, ਸਮਝ ਅਤੇ ਬਰਦਾਸ਼ਤ ਕਰਨ ਬਾਰੇ ਦੋਨੋਂ ਧੀਰਜ ਦੇ ਉਸਤਾਦ ਸਨ। ਇੱਕ ਵੇਰ ਜਦ ਬੱਚੇ ਦੇ ਚਿਹਰੇ ਨੇ ਉਸਨੂੰ ਕਮਲਾ ਦੀ ਯਾਦ ਦਿਵਾਈ, ਸਿਧਾਰਥ ਨੇ ਇੱਕਦਮ ਯਾਦ ਕੀਤਾ ਜੋ ਕਮਲਾ ਨੇ ਇੱਕ ਵੇਰ ਬਹੁਤ ਸਮੇਂ ਪਹਿਲਾਂ ਕਿਹਾ ਸੀ, ਤੂੰ ਪਿਆਰ ਨਹੀਂ ਕਰ ਸਕਦਾ। ਅਤੇ ਸਿਧਾਰਥ ਉਸ ਨਾਲ ਸਹਿਮਤ ਹੋ ਗਿਆ ਸੀ। ਉਸਨੇ ਆਪਣੇ ਆਪ ਨੂੰ ਸਿਤਾਰਾ ਅਤੇ ਦੂਜੇ ਲੋਕਾਂ ਨੂੰ ਰੁੱਖਾਂ 'ਤੇ ਡਿੱਗਦੇ ਪੱਤਿਆਂ ਵਾਂਗ ਕਿਹਾ ਸੀ। ਪਰ ਫਿਰ ਵੀ ਉਸਨੇ ਕਮਲਾ ਦੇ ਸ਼ਬਦਾਂ ਵਿੱਚ ਕੁਝ ਝਿੜਕ ਮਹਿਸੂਸ ਕੀਤੀ। ਇਹ ਸੱਚ ਸੀ ਕਿ ਉਸਨੇ ਆਪਣੇ ਆਪ ਨੂੰ ਦੂਸਰੇ ਵਿੱਚ ਕਦੇ ਵੀ ਇਤਨਾ ਨਹੀਂ ਸੀ ਗਵਾਇਆ ਕਿ ਆਪਣਾ ਆਪ ਭੁੱਲ ਜਾਏ। ਦੂਸਰੇ ਲਈ ਉਸਨੇ ਕਦੇ ਪਿਆਰ ਦੀਆਂ ਬੇਵਕੂਫੀਆਂ ਨਹੀਂ ਸੀ ਝੱਲੀਆਂ। ਉਹ ਇਹ ਕਦੇ ਵੀ ਨਹੀਂ ਸੀ ਕਰ ਸਕਿਆ ਅਤੇ ਉਸਨੂੰ ਅਜਿਹਾ ਪ੍ਰਤੀਤ ਹੁੰਦਾ ਸੀ ਕਿ ਇਹੀ ਉਸ 'ਤੇ ਹੋਰ ਆਮ ਲੋਕਾਂ ਵਿੱਚ ਵੱਡਾ ਫਰਕ ਸੀ। ਪਰ ਹੁਣ ਜਦ ਉਸਦਾ ਆਪਣਾ ਪੁੱਤਰ ਉੱਥੇ ਸੀ, ਸਿਧਾਰਥ ਗਮ ਅਤੇ ਪਿਆਰ ਰਾਹੀਂ ਬਿਲਕੁਲ ਹੋਰ ਲੋਕਾਂ ਵਿੱਚੋਂ ਇੱਕ ਵਾਂਗ ਹੋ ਗਿਆ ਸੀ। ਉਹ ਪਿਆਰ ਵਿੱਚ ਮੁਗਧ ਸੀ, ਪਿਆਰ ਪਿੱਛੇ ਮੂਰਖ ਸੀ। ਆਪਣੀ ਜ਼ਿੰਦਗੀ ਵਿੱਚ ਇੱਕ ਵੇਰ ਹੁਣ ਦੇਰ ਪਿੱਛੋਂ ਉਸਨੂੰ ਬਹੁਤ ਵੱਡੀ ਅਤੇ ਅਨੋਖੀ ਉਮੰਗ ਦਾ ਤਜ਼ਰਬਾ ਹੋਇਆ। ਉਹ ਇਸ ਕਰਕੇ ਬਹੁਤ ਔਖਾ ਹੋਇਆ, ਪਰ ਅਜੇ ਵੀ ਉਹ ਥਾਂ ਉੱਠਿਆ ਹੋਇਆ ਸੀ, ਇੱਕ ਤਰ੍ਹਾਂ ਨਵ ਜੀਵਨ ਅਤੇ ਵਧੇਰੇ ਅਮੀਰ। ਉਸਨੇ ਸੱਚਮੁੱਚ ਪ੍ਰਤੀਤ ਕੀਤਾ ਕਿ ਪਿਆਰ, ਬੱਚੇ ਲਈ ਅੰਨਾ ਪਿਆਰ, ਇੱਕ ਮਨੁੱਖੀ ਉਮੰਗ ਸੀ। ਇਹ ਪਿਆਰ ਸੀ ਡੂੰਘੇ ਪਾਣੀਆਂ ਦਾ ਅਤੇ ਔਖਾਂ ਦਾ ਸਮਾਂ। ਨਾਲ ਹੀ ਉਸਨੂੰ ਭਾਸਿਆ ਕਿ ਇਹ ਐਵੇਂ ਅਜਾਈ ਨਹੀਂ ਸੀ, ਇਹ ਜ਼ਰੂਰੀ ਸੀ। ਇਹ ਉਸਦੀ ਆਪਣੀ ਆਤਮਾ ਵਿੱਚੋਂ ਆਇਆ ਸੀ, ਇਸ ਮਨ ਤਰੰਗ, ਇਸ ਪੀੜ, ਇਹਨਾਂ ਭੁੱਲਾਂ ਦਾ ਤਜਰਬਾ ਕਰਨਾ ਹੀ ਸੀ। ਇਸ ਸਮੇਂ ਵਿੱਚ ਉਸਦਾ ਪੁੱਤਰ ਆਪਣੀਆਂ ਮੂਰਖਤਾਈਆਂ ਕਰਦਾ ਗਿਆ, ਹੱਥ ਪੈਰ ਮਾਰਦਾ ਰਿਹਾ ਅਤੇ ਆਪਣੇ ਵਰਤਾਓ ਨਾਲ ਆਪਣੇ ਆਪ ਨੂੰ ਨੀਵਾਂ ਕਰਦਾ ਗਿਆ। ਇਸ ਪਿਤਾ ਵਿੱਚ ਉਸ ਲਈ ਕੋਈ ਖਿੱਚ ਪਾਊ ਗੱਲ ਨਹੀਂ ਸੀ ਅਤੇ ਨਾ ਹੀ ਜਿਸ ਤੋਂ ਉਹ ਡਰਦਾ। ਇਹ ਪਿਤਾ ਬੜਾ ਚੰਗਾ ਪੁਰਸ਼ ਸੀ, ਮਿਹਰਬਾਨ, ਸ਼ਰੀਫ ਪੁਰਸ਼, ਸ਼ਾਇਦ ਇੱਕ ਧਰਮੀ ਬੰਦਾ, ਸ਼ਾਇਦ ਇੱਕ ਪਵਿੱਤਰ ਹਸਤੀ। ਪਰ ਇਹ ਗੁਣ ਨਹੀਂ ਸਨ ਜੋ ਮੁੰਡੇ ਨੂੰ ਜਿੱਤ ਸਕਦੇ। ਇਸ ਪਿਤਾ ਨੇ, ਜਿਸ ਨੇ ਉਸਨੂੰ ਕੰਬਖਤ ਝੋਂਪੜੀ ਵਿੱਚ ਰੱਖਿਆ ਹੋਇਆ ਸੀ, ਉਸਨੂੰ ਉਕਤਾ ਦਿੱਤਾ ਸੀ ਅਤੇ ਜਦ ਉਸਦੀ ਰੁੱਖੀ ਬੋਲੀ ਦਾ ਉੱਤਰ ਮੁਸਕਰਾਹਟ ਵਿੱਚ, ਹਰ ਅਪਮਾਨ ਦਾ ਮਿੱਤਰਤਾ ਭਾਵ ਵਿੱਚ, ਹਰ ਸ਼ਰਾਰਤ ਦਾ ਹਿੱਤ ਨਾਲ ਮਿਲਦਾ, ਤਾਂ ਉਹ ਪਿਤਾ ਨੂੰ ਸਭ ਤੋਂ ਵੱਧ ਧਿਕਾਰਯੋਗ ਅਤੇ ਬੁੱਢੇ ਲੂੰਬੜ ਵਾਂਗ ਮਕਾਰ ਸਮਝਦਾ ਸੀ। ਪਰ ਜੇ ਉਸਨੂੰ ਧਮਕੀ ਦਿੱਤੀ ਜਾਂਦੀ ਜਾਂ ਤੰਗ ਕੀਤਾ ਜਾਂਦਾ ਤਾਂ ਉਸਨੂੰ ਵੱਧ ਪਸੰਦ ਕਰਦਾ। ਇੱਕ ਦਿਨ ਆ ਗਿਆ ਜਦ ਛੋਟੇ ਸਿਧਾਰਥ ਨੇ ਆਪਣੇ ਮਨ ਦੀ ਗੱਲ ਕਹੀ ਅਤੇ ਖੁੱਲ੍ਹੇ ਤੌਰ 'ਤੇ ਪਿਤਾ ਤੋਂ ਆਕੀ ਹੋ ਬੈਠਾ। ਪਿਤਾ ਨੇ ਉਸਨੂੰ ਕੁਝ ਲੱਕੜਾਂ ਇਕੱਠੀਆਂ ਕਰਨ ਲਈ ਕਿਹਾ, ਪਰ ਲੜਕੇ ਨੇ ਝੁੱਗੀ ਨਾ ਛੱਡੀ, ਉੱਥੇ ਖੜ੍ਹਾ ਰਿਹਾ, ਵਿਰੋਧਤਾ ਅਤੇ ਗੁੱਸੇ ਦਾ ਭਰਿਆ ਜ਼ਮੀਨ 'ਤੇ ਗੱਡਿਆ ਰਿਹਾ। ਘਸੁੰਨ ਵੱਟੀ
ਪਿਤਾ ਦੇ ਮੂੰਹ 'ਤੇ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਅਪਮਾਨ ਅਤੇ ਘਿਰਨਾ ਦਾ ਐਲਾਨ ਕਰ ਦਿੱਤਾ। ਆਪਣੀਆਂ ਲੱਕੜਾਂ ਆਪ ਲੈ ਆ, ਉਸ ਮੂੰਹ ਵਿੱਚੋਂ ਝੱਗ ਸੁੱਟਦੇ ਗੁੱਸੇ ਵਿੱਚ ਉੱਚੀ ਸਾਰੀ ਕਿਹਾ, ਮੈਂ ਤੇਰਾ ਨੌਕਰ ਨਹੀਂ, ਮੈਂ ਜਾਣਦਾ ਕਿ ਤੂੰ ਮੈਨੂੰ ਮਾਰਦਾ ਨਹੀਂ, ਤੇਰੀ ਹਿੰਮਤ ਹੀ ਨਹੀਂ, ਪਰੰਤੂ ਤੂੰ ਲਗਾਤਾਰ ਆਪਣੀ ਪਵਿੱਤਰਤਾ ਅਤੇ ਲਾਡ ਨਾਲ ਮੈਨੂੰ ਸਜ਼ਾ ਦਿੰਦਾ ਹੈ ਅਤੇ ਮੈਨੂੰ ਛੋਟਾ ਪ੍ਰਤੀਤ ਕਰਵਾਉਂਦਾ ਹੈ। ਤੂੰ ਚਾਹੁੰਦਾ ਹੈ ਕਿ ਮੈਂ ਤੇਰੇ ਵਰਗਾ ਬਣਾ, ਤੇਰੇ ਜਿਹਾ ਪਵਿੱਤਰ, ਸ਼ਰੀਫ ਅਤੇ ਸਿਆਣਾ, ਪਰ ਤੈਨੂੰ ਖਾਰ ਦੁੱਖ ਕਲੇਸ਼ ਦੇਣ ਲਈ ਤੇਰੇ ਜਿਹਾ ਬਣਨ ਨਾਲੋਂ ਮੈਂ ਡਾਕੂ ਅਤੇ ਹਥਿਆਰਾ ਬਣਾਂਗਾ ਅਤੇ ਨਰਕਾਂ 'ਚ ਜਾਵਾਂਗਾ। ਮੈਂ ਤੇਥੋਂ ਘਿਰਣਾ ਕਰਦਾ ਹਾਂ, ਭਾਵੇਂ ਤੂੰ 20 ਵੇਰ ਮੇਰੀ ਮਾਂ ਦਾ ਪ੍ਰੇਮੀ ਰਿਹਾ ਹੋਵੇਂ, ਮੈਂ ਤੈਨੂੰ ਆਪਣਾ ਪਿਤਾ ਨਹੀਂ ਮੰਨਦਾ। ਗੁੱਸੇ ਅਤੇ ਦੁੱਖ ਨਾਲ ਭਰਪੂਰ ਉਸ ਨੇ ਆਪਣੇ ਪਿਤਾ ਉੱਤੇ ਕ੍ਰੋਧ ਅਤੇ ਵਹਿਸ਼ੀਆਨਾ ਸ਼ਬਦਾਂ ਦੀ ਬਛਾੜ ਲਾ ਦਿਲ ਦਾ ਗੁਬਾਰ ਕੱਢਿਆ। ਫਿਰ ਲੜਕਾ ਭੱਜ ਗਿਆ ਅਤੇ ਡੂੰਘੀ ਸ਼ਾਮ ਪਈ ਵਾਪਸ ਮੁੜਿਆ। ਦੂਜੇ ਪਲਕ ਉਹ ਅਲੋਪ ਹੋ ਚੁੱਕਾ ਸੀ, ਛੋਟੀ ਜਿਹੀ ਦੋ ਰੰਗੀ ਬਾਂਸ ਦੀ ਟੋਕਰੀ ਜਿਸ ਵਿੱਚ ਪਤਨੀ ਆਪਣੀ ਉਜਰਤ ਦੇ ਲਈ ਪੈਸੇ ਰੁਪਈਏ ਸਨ ਵੀ ਗੁੰਮ ਸੀ। ਬੇੜੀ ਵੀ ਜਾ ਚੁੱਕੀ ਸੀ, ਸਿਧਾਰਥ ਨੇ ਵਿਖੀ ਮੁੰਡਾ ਦੌੜ ਗਿਆ ਹੋਇਆ ਸੀ। ਮੈਂ ਜ਼ਰੂਰ ਉਸ ਪਿੱਛੇ ਜਾਣਾ ਹੈ, ਸਿਧਾਰਥ ਨੇ ਕਿਹਾ। ਭਾਵੇਂ ਪਹਿਲੇ ਦਿਨ ਦੇ ਲੜਕੇ ਦੇ ਕੌੜੇ ਬੋਲ ਸੁਣ ਬੜਾ ਦੁਖੀ ਸੀ। ਇੱਕ ਬੱਚਾ ਜੰਗਲ ਵਿੱਚ ਦੀ ਇਕੱਲਾ ਨਹੀਂ ਸੀ ਜਾ ਸਕਦਾ, ਉਸ ਨੂੰ ਕੋਈ ਹਾਨੀ ਪੁੱਜੇਗੀ। ਦਰਿਆ ਟੱਪਣ ਲਈ ਅਸੀਂ ਜ਼ਰੂਰ ਤੁਲਾ ਬਣਾਈਏ ਵਾਸਦੇਵ। ਅਸੀਂ ਤੁਲਾ ਬਣਾਵਾਂਗੇ, ਵਾਸਦੇਵ ਕਹਿਆ। ਜਿਹੜੀ ਬੇੜੀ ਲੜਕਾ ਲੈ ਗਿਆ ਸੀ ਉਸ ਨੂੰ ਵਾਪਸ ਲਿਆਉਣ ਲਈ, ਪਰ ਉਸ ਨੂੰ ਜਾਣ ਦੇਵੋ ਮੇਰੇ ਮਿੱਤਰ, ਹੁਣ ਉਹ ਬੱਚਾ ਨਹੀਂ, ਉਹ ਆਪਣੇ ਆਪ ਦੀ ਦੇਖਭਾਲ ਕਰਨੀ ਜਾਣਦਾ ਹੈ। ਉਹ ਸ਼ਹਿਰ ਦਾ ਰਾਹ ਢੂੰਡ ਰਿਹਾ ਹੈ ਅਤੇ ਉਹ ਠੀਕ ਹੈ। ਇਹ ਨਾ ਭੁੱਲੋ, ਉਹੀ ਕੁਝ ਉਹੀ ਕਰ ਰਿਹਾ ਹੈ ਜੋ ਤੂੰ ਗਫਲਤ ਕਰਕੇ ਨਹੀਂ ਕੀਤਾ। ਉਹ ਆਪਣੀ ਦੇਖਭਾਲ ਆਪ ਕਰ ਰਿਹਾ ਹੈ, ਉਹ ਆਪਣੇ ਰਾਹ ਜਾ ਰਿਹਾ ਹੈ। ਉਹ ਸਿਧਾਰਥ, ਮੈਂ ਦੇਖ ਸਕਦਾ ਹਾਂ ਕਿ ਤੂੰ ਦੁੱਖ ਵਿੱਚ ਹੈ। ਉਹ ਪੀੜ ਜਿਸ ਉੱਤੇ ਕਿਸੇ ਨੂੰ ਹੱਸ ਛੱਡਣਾ ਚਾਹੀਦਾ ਸੀ ਤੂੰ ਮਨਾ ਰਿਹਾ ਹੈ, ਪਰ ਛੇਤੀ ਤੂੰ ਆਪ ਇਸ 'ਤੇ ਹੱਸੇਗਾ। ਸਿਧਾਰਥ ਨੇ ਕੋਈ ਉੱਤਰ ਨਾ ਦਿੱਤਾ। ਉਸ ਅੱਗੇ ਹੀ ਹੱਥਾਂ ਵਿੱਚ ਕੁਹਾੜੀ ਫੜੀ ਹੋਈ ਸੀ ਅਤੇ ਬਾਂਸ ਕੱਟ ਤੁਲਾਹ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਵਾਸਦੇਵ ਨੇ ਘਾਹ ਦੇ ਰੱਸੇ ਨਾਲ ਬਾਂਸਾਂ ਨੂੰ ਬੰਨ ਉਸ ਦੀ ਸਹਾਇਤਾ ਕੀਤੀ। ਫਿਰ ਉਹ ਤੁਲੇ 'ਤੇ ਠਿੱਲ ਪਏ, ਬਹੁਤ ਹੇਠ ਬਹੁਤ ਪਰੇ ਚਲੇ ਗਏ, ਫਿਰ ਤੁਲੇ ਨੂੰ ਉੱਪਰ ਵੱਲ ਖਿੱਚ ਦੂਜੇ ਕਿਨਾਰੇ ਜਾ ਪੁੱਜੇ। ਤੂੰ ਆਪਣੇ ਨਾਲ ਕਹਾੜੀ ਕਿਉਂ ਲੈ ਆਇਆ ਹੈ, ਸਿਧਾਰਥ ਨੇ ਪੁੱਛਿਆ। ਵਾਸਦੇਵ ਨੇ ਕਿਹਾ, ਇਹ ਸੰਭਵ ਹੈ ਕਿ ਬੇੜੀ ਦਾ ਚੱਪੂ ਗੁੰਮ ਹੋਵੇ। ਸਿਧਾਰਥ ਜਾਣਦਾ ਸੀ ਕਿ ਉਸਦਾ ਮਿੱਤਰ ਕੀ ਸੋਚ ਰਿਹਾ ਸੀ। ਸ਼ਾਇਦ ਲੜਕੇ ਨੇ ਚੱਪੂ ਸੁੱਟ ਪਾਇਆ ਹੋਵੇ ਜਾਂ ਬਦਲਾ ਲੈਣ ਲਈ ਅਤੇ ਸਾਨੂੰ ਉਸਦਾ ਪਿੱਛਾ ਕਰਨ ਤੋਂ ਰੋਕਣ ਲਈ ਹੀ ਤੋੜ ਦਿੱਤਾ ਹੋਵੇ। ਸੱਚਮੁੱਚ ਬੇੜੀ ਵਿੱਚ ਚੱਪੂ ਸੀ ਵੀ ਨਹੀਂ। ਵਾਸਦੇਵ ਨੇ ਬੇੜੀ ਦੇ ਥੱਲੇ ਵੱਲ ਇਸ਼ਾਰਾ ਕੀਤਾ ਅਤੇ ਦੋਸਤ 'ਤੇ ਮੁਸਕਰਾਇਆ, ਜਿਵੇਂ ਉਹ ਕਹਿਣਾ ਚਾਹੁੰਦਾ ਸੀ, ਤੂੰ ਨਹੀਂ ਦੇਖਦਾ ਕਿ ਤੇਰਾ ਪੁੱਤਰ ਤੈਨੂੰ ਕੀ ਕਹਿਣਾ ਚਾਹੁੰਦਾ ਸੀ। ਤੂੰ ਨਹੀਂ ਦੇਖਦਾ ਕਿ ਉਹ ਨਹੀਂ ਚਾਹੁੰਦਾ ਕਿ ਕੋਈ ਉਸਦਾ ਪਿੱਛਾ ਕਰੇ। ਪਰ ਉਸਨੇ ਇਸ ਖਿਆਲ ਨੂੰ ਸ਼ਬਦਾਂ ਦਾ ਰੂਪ ਨਾ ਦਿੱਤਾ ਅਤੇ ਨਵਾਂ ਚੱਪੂ ਘੜਨਾ ਸ਼ੁਰੂ ਕਰ ਦਿੱਤਾ। ਸਿਧਾਰਥ ਨੇ ਮੁੰਡੇ ਦੀ ਭਾਲ ਕਰਨ ਲਈ ਆਗਿਆ ਲਈ। ਵਾਸਦੇਵ ਨੇ ਉਸਦੇ ਰਸਤੇ ਵਿੱਚ ਕੋਈ ਰੋਕ ਨਾ ਪਾਈ। ਸਿਧਾਰਥ ਨੂੰ ਜੰਗਲ ਵਿੱਚ ਬੜਾ ਸਮਾਂ ਹੋ ਗਿਆ। ਜਦ ਉਸਨੂੰ ਖਿਆਲ ਆਇਆ ਕਿ ਉਸਦੀ ਢੂੰਡ ਵਿਅਰਥ ਹੈ, ਉਸਨੇ ਸੋਚਿਆ ਕਿ ਜਾਂ ਤਾਂ ਮੁੰਡਾ ਕਦੇ ਦਾ ਜੰਗਲ ਛੱਡ ਸ਼ਹਿਰ ਪੁੱਜ ਚੁੱਕਾ ਸੀ ਅਤੇ ਜਾਂ ਅਜੇ ਰਾਹ ਵਿੱਚ ਸੀ ਤਾਂ ਉਹ ਪਿੱਛਾ ਕਰਨ ਵਾਲੇ ਤੋਂ ਲੁਕ ਜਾਏਗਾ। ਜਦ ਉਸਨੇ ਹੋਰ ਸੋਚਿਆ ਤਾਂ ਉਸਨੇ ਵੇਖਿਆ ਕਿ ਉਹ ਆਪਣੇ ਪੁੱਤਰ ਬਾਰੇ ਔਖਾ ਨਹੀਂ ਸੀ। ਅੰਦਰੋਂ ਉਸਨੂੰ ਪਤਾ ਸੀ ਕਿ ਨਾ ਉਸਨੂੰ ਕੋਈ ਹਾਨੀ ਪੁੱਜੀ ਹੈ ਅਤੇ ਨਾ ਹੀ ਜੰਗਲ ਵਿੱਚ ਕਿਸੇ ਖਤਰੇ ਦਾ ਸਾਹਮਣਾ ਕਰਨਾ ਪਿਆ ਹੈ। ਫਿਰ ਵੀ ਉਹ ਹੌਲੀ ਹੌਲੀ ਅੱਗੇ ਤੁਰਦਾ ਗਿਆ, ਉਸਨੂੰ ਬਚਾਉਣ ਲਈ ਨਹੀਂ, ਪਰ ਸ਼ਾਇਦ ਉਸਨੂੰ ਮੁੜ ਵੇਖਣ ਦੀ ਖਾਹਿਸ਼ ਨਾਲ ਅਤੇ ਸ਼ਹਿਰ ਦੇ ਬਾਰ ਬਾਰ ਤੱਕ ਤੁਰਦਾ ਗਿਆ। ਜਦ ਸ਼ਹਿਰ ਦੇ ਨੇੜੇ ਵੱਡੀ ਸੜਕ 'ਤੇ ਉਹ ਪੁੱਜਾ ਤਾਂ ਚੁੱਪ ਚਾਪ ਸੋਹਣੇ ਸੁੱਖਾਂ ਦੇ ਬਾਗ ਜੋ ਕਦੇ ਕਮਲਾ ਦਾ ਸੀ ਅਤੇ ਫਾਟਕ 'ਤੇ ਖੜੋ ਗਿਆ।
ਜਿੱਥੇ ਉਸਨੇ ਇੱਕ ਸਮੇਂ ਪਹਿਲੀ ਵੇਰ ਉਸ ਨੂੰ ਪਾਲਕੀ ਵਿੱਚ ਦੇਖਿਆ ਸੀ। ਭੂਤਕਾਲ ਉਸ ਦੀਆਂ ਅੱਖਾਂ ਅੱਗੇ ਆ ਗਿਆ। ਇੱਕ ਵੇਰ ਫਿਰ ਉਸ ਆਪਣੇ ਆਪ ਨੂੰ ਇੱਕ ਨੌਜਵਾਨ ਦਾੜੀ ਵਾਲੇ ਨੰਗੇ ਸਮਾਨੇ ਅਤੇ ਮਿੱਟੀ ਭਰੇ ਵਾਲਾਂ ਦੇ ਰੂਪ ਵਿੱਚ ਉੱਥੇ ਖੜੋਤਾ ਵੇਖਿਆ। ਸਿਧਾਰਥ ਕਾਫ਼ੀ ਸਮਾਂ ਉੱਥੇ ਖੜਾ ਰਿਹਾ। ਖੁੱਲ੍ਹੇ ਦਰਵਾਜ਼ੇ ਥਾਣੀ ਉਸਨੇ ਬਾਗ ਅੰਦਰ ਝਾਕਿਆ। ਉਸਨੇ ਸੋਹਣੇ ਰੁੱਖਾਂ ਹੇਠ ਭਿਕਸ਼ੂ ਤੁਰਦੇ ਵੇਖੇ। ਉਹ ਲੰਮਾ ਸਮਾਂ ਉੱਥੇ ਖੜਾ ਸੋਚਦਾ ਆਪਣੀ ਜੀਵਨ ਕਹਾਣੀ ਦੀਆਂ ਤਸਵੀਰਾਂ ਵੇਖਦਾ ਰਿਹਾ। ਉਹ ਬੜੀ ਦੇਰ ਭਿਕਸ਼ੂਆਂ ਵੱਲ ਝਾਕਦਾ ਰਿਹਾ, ਪਰ ਉਹਨਾਂ ਦੀ ਥਾਂ ਉਸ ਨੂੰ ਨੌਜਵਾਨ ਸਿਧਾਰਥ ਅਤੇ ਕਮਲਾ ਉੱਚੇ ਉੱਚੇ ਰੁੱਖਾਂ ਹੇਠ ਤਰਦੇ ਨਜ਼ਰ ਆਏ। ਉਸਨੇ ਸਾਫ਼ ਦੇਖਿਆ ਕਮਲਾ ਨੂੰ ਉਸ ਦੀ ਦੇਖਭਾਲ ਕਰਦਿਆਂ ਅਤੇ ਪਹਿਲੀ ਵੇਰ ਉਸ ਦਾ ਮੂੰਹ ਚੁੰਮਦਿਆਂ। ਉਸਨੇ ਦੇਖਿਆ ਕਿਸ ਤਰ੍ਹਾਂ ਉਸ ਹੰਕਾਰ ਅਤੇ ਘਿਰਨਾ ਨਾਲ ਆਪਣੇ ਪਿਛਲੇ ਸਮਾਨਾ ਦਿਨਾਂ ਨੂੰ ਵੇਖਿਆ ਸੀ, ਕਿਸ ਤਰ੍ਹਾਂ ਫਖਰ ਅਤੇ ਅਮੰਗਾਂ ਨਾਲ ਉਸਨੇ ਸੰਸਾਰਿਕ ਜ਼ਿੰਦਗੀ ਸ਼ੁਰੂ ਕੀਤੀ ਸੀ। ਉਸਨੇ ਕਾਮ ਸਵਾਮੀ, ਨੌਕਰ, ਦਾਵਤਾਂ, ਜ਼ਵਾਰੀਏ ਅਤੇ ਗਵੱਈਏ ਵੇਖੇ। ਉਸਨੇ ਕਮਲਾ ਦਾ ਗਾਉਣ ਵਾਲਾ ਪੰਛੀ ਪਿੰਜਰੇ ਵਿੱਚ ਵੇਖਿਆ। ਉਸਨੇ ਮੁੜ ਸਭ ਕੁਝ ਜਿਉਂ ਲਿਆ, ਸੰਸਾਰ ਵਿੱਚ ਸਾਹ ਲਈ, ਫਿਰ ਮੁੜ ਕੇ ਬੁੱਢਾ ਅਤੇ ਥੱਕਿਆ ਮਾਦਾ ਸੀ। ਫਿਰ ਜੀ ਖੱਟਾ ਹੋ ਗਿਆ ਅਤੇ ਮਰਨ ਦੀ ਇੱਛਾ ਹੋਈ ਅਤੇ ਮੁੜ ਉਸ ਪਵਿੱਤਰ ਓਮ ਦਾ ਸ਼ਬਦ ਸੁਣਿਆ। ਬਾਗ ਦੇ ਫਾਟਕ ਅੱਗੇ ਬੜੀ ਦੇਰ ਖੜੋਣ ਪਿੱਛੋਂ ਸਿਧਾਰਥ ਨੂੰ ਸੋਝੀ ਆਈ ਕਿ ਜਿਹੜੀ ਇੱਛਾ ਨੇ ਉਸ ਨੂੰ ਉੱਥੇ ਧਕੇਲ ਲਿਆਂਦਾ ਸੀ ਮੂਰਖਤਾ ਭਰੀ ਸੀ। ਉਹ ਆਪਣੇ ਪੁੱਤਰ ਦੀ ਕੋਈ ਸਹਾਇਤਾ ਨਹੀਂ ਸੀ ਕਰ ਸਕਦਾ, ਉਸ ਨੂੰ ਆਪਣਾ ਆਪ ਉਸ 'ਤੇ ਨਹੀਂ ਠੁੱਸਣਾ ਚਾਹੀਦਾ। ਇੱਕ ਜ਼ਖਮ ਵਾਂਗ ਸਿਧਾਰਥ ਨੇ ਭਗੌੜੇ ਮੁੰਡੇ ਦੇ ਡੂੰਘੇ ਪਿਆਰ ਨੂੰ ਅਨੁਭਵ ਕੀਤਾ, ਪਰ ਨਾਲ ਹੀ ਉਸ ਨੂੰ ਪ੍ਰਤੀਤ ਹੋਇਆ ਕਿ ਇਸ ਜ਼ਖਮ ਨੂੰ ਉਸਨੇ ਖਰਾਬ ਨਹੀਂ ਸੀ ਹੋਣ ਦੇਣਾ, ਇਸ ਨੂੰ ਭਰ ਜਾਣਾ ਚਾਹੀਦਾ ਹੈ। ਉਸਨੇ ਘੰਟੇ ਵਿੱਚ ਉਹ ਜ਼ਖਮ ਨਹੀਂ ਸੀ ਭਰਿਆ, ਸੋ ਦੁਖੀ ਸੀ। ਜਿਹੜਾ ਮਨੋਰਥ ਮੁੰਡੇ ਪਿੱਛੇ ਉਸ ਨੂੰ ਉੱਥੇ ਲੈ ਆਇਆ ਸੀ, ਉਸ ਦੀ ਥਾਂ ਕੇਵਲ ਸੱਖਣਾਪਣ ਹੀ ਉਸ ਪਾਸ ਸੀ। ਅਫਸੋਸ ਵਿੱਚ ਉਹ ਪੁੰਜੇ ਬਹਿ ਗਿਆ। ਉਸਨੇ ਪ੍ਰਤੀਤ ਕੀਤਾ ਜਿਵੇਂ ਉਸਦੇ ਦਿਲ ਵਿੱਚ ਕੁਝ ਮਰ ਰਿਹਾ ਸੀ। ਹੁਣ ਹੋਰ ਪ੍ਰਸੰਨਤਾ ਨਹੀਂ ਸੀ ਦਿਸਦੀ ਅਤੇ ਨਾ ਹੋਰ ਮਨੋਰਥ। ਉਹ ਉਦਾਸੀ ਵਿੱਚ ਬੈਠਾ ਉਡੀਕਦਾ ਰਿਹਾ। ਉਹ ਦਰਿਆ ਤੋਂ ਉਡੀਕਣਾ, ਸਬਰ ਕਰਨਾ ਅਤੇ ਧਿਆਨ ਨਾਲ ਸੁਣਨਾ ਸਿੱਖ ਚੁੱਕਾ ਸੀ। ਘੱਟੇ ਭਰੀ ਸੜਕ 'ਤੇ ਉਹ ਬੈਠ ਗਿਆ ਅਤੇ ਉਸਨੇ ਸੁਣਿਆ। ਉਸਨੇ ਆਪਣੇ ਦਿਲ ਦੀ ਥਕਾਵਟ ਅਤੇ ਅਫਸੋਸ ਭਰੀ ਧੜਕਣ ਸੁਣੀ ਅਤੇ ਅੰਦਰਲੀ ਆਵਾਜ਼ ਨੂੰ ਉਡੀਕਦਾ ਰਿਹਾ। ਉਹ ਗੁੱਛਮ ਗੁੱਛਾ ਹੋ ਗੋਡਿਆਂ ਵਿੱਚ ਸਿਰ ਦੇ ਬੈਠਾ ਰਿਹਾ ਅਤੇ ਕਈ ਘੰਟੇ ਸੁਣਿਆ, ਹੋਰ ਪਰਛਾਵੇਂ ਨਾ ਦੇਖੇ, ਸੱਖਣੇਪਣ ਵਿੱਚ ਡੁੱਬ ਗਿਆ। ਬਾਹਰ ਨਿਕਲਣ ਦਾ ਰਾਹ ਨਾ ਦਿਸਣ 'ਤੇ ਉਸ ਆਪਣੇ ਆਪ ਨੂੰ ਡੁੱਬਣ ਦਿੱਤਾ। ਜਦ ਉਸ ਘਾਵ ਦੀ ਚੀਜ਼ ਪ੍ਰਤੀਤ ਕੀਤੀ, ਉਸਨੇ ਓਮ ਸ਼ਬਦ ਦਾ ਉਚਾਰਨ ਕੀਤਾ ਅਤੇ ਆਪਣੇ ਆਪ ਨੂੰ ਓਮ ਨਾਲ ਭਰ ਲਿਆ। ਬਾਗ ਵਿੱਚ ਦੇ ਭਿਕਸ਼ੂਆਂ ਉਸ ਨੂੰ ਤੱਕਿਆ। ਉਸ ਨੂੰ ਕਈ ਘੰਟੇ ਇਸ ਤਰ੍ਹਾਂ ਸੁੰਗੜੇ ਹੋਏ ਬੈਠੇ ਚਿੱਟੇ ਵਾਲਾਂ ਵਿੱਚ ਮਿੱਟੀ ਧੂੜ ਕੱਟੀ ਨੂੰ ਦੇਖ ਇੱਕ ਭਿਕਸ਼ੂ ਉਸ ਵੱਲ ਆਇਆ ਅਤੇ ਦੋ ਕੇਲੇ ਉਸ ਅੱਗੇ ਰੱਖ ਗਿਆ। ਬੁੱਢੇ ਪੁਰਸ਼ ਨੇ ਉਸ ਨੂੰ ਨਹੀਂ ਸੀ ਦੇਖਿਆ। ਮੋਢੇ 'ਤੇ ਕਿਸੇ ਦੇ ਹੱਥ ਦੀ ਛੋਹ ਨੇ ਉਸ ਨੂੰ ਆਪਣੇ ਵਿਹਣ ਵਿੱਚੋਂ ਕੱਢਿਆ। ਉਸਨੇ ਕੋਮਲ ਹਲਕੀ ਛੋਹ ਪਛਾਣ ਲਈ ਅਤੇ ਹੋਸ਼ ਵਿੱਚ ਆ ਗਿਆ। ਉਹ ਉੱਠਿਆ ਅਤੇ ਵਾਸਦੇਵ ਨੂੰ, ਜਿਸ ਨੇ ਉਸਦਾ ਪਿੱਛਾ ਕੀਤਾ ਸੀ, ਨਮਸਕਾਰ ਕੀਤੀ। ਜਦ ਉਸਨੇ ਵਾਸਦੇਵ ਦਾ ਦਿਆਲੂ ਚਿਹਰਾ ਦੇਖਿਆ, ਥੋੜ੍ਹੀ ਹੱਸਣੀ ਦੀਆਂ ਲੀਕਾਂ ਉਸਦੀਆਂ ਲਿਸ਼ਕਦੀਆਂ ਅੱਖਾਂ ਵਿੱਚ ਝਾਕੀਆਂ, ਤਾਂ ਉਹ ਵੀ ਮੁਸਕਰਾ ਪਿਆ। ਹੁਣ ਉਸਨੇ ਆਪਣੇ ਕੋਲ ਪਏ ਕੇਲੇ ਵੇਖੇ। ਉਸਨੇ ਉਹਨਾਂ ਨੂੰ ਚੁੱਕ ਲਿਆ, ਇੱਕ ਉਸਨੇ ਪਾਤਨੀ ਨੂੰ ਦਿੱਤਾ ਅਤੇ ਦੂਜਾ ਆਪ ਖਾ ਲਿਆ। ਫਿਰ ਉਹ ਵਾਸਦੇਵ ਨਾਲ ਚੁੱਪ ਚਾਪ ਜੰਗਲ ਰਾਹੀਂ ਮੁੜ ਪੱਤਣ 'ਤੇ ਆ ਗਿਆ। ਕਿਸੇ ਨੇ ਕੁਛ ਨਾ ਕਿਹਾ ਕਿ ਕੀ ਹੋਇਆ ਸੀ, ਨਾ ਕਿਸੇ ਲੜਕੇ ਬਾਰੇ ਭੋਗ ਪਾਇਆ, ਉਸਦੇ ਭੱਜਣ ਸੰਬੰਧੀ ਜਾਂ ਘਾਵ ਬਾਰੇ ਉਹ ਨਾ ਬੋਲਿਆ। ਸਿਧਾਰਥ ਝੌਂਪੜੀ ਵਿੱਚ ਆਪਣੇ ਮੰਜੇ 'ਤੇ ਚਲਾ ਗਿਆ। ਜਦ ਥੋੜ੍ਹੇ ਚਿਰ ਪਿੱਛੋਂ ਵਾਸਦੇਵ ਨਾਰੀਅਲ ਦਾ ਦੁੱਧ ਉਸ ਨੂੰ ਦੇਣ ਗਿਆ ਤਾਂ ਸੁੱਤਾ ਪਿਆ ਸੀ।